ਝਲਕ ਰਿਹਾ ਲੋਕਾਂ ਦੇ ਚਿਹਰੇ ਤੋਂ ਕਿ ਲੋਕ ਕਾਂਗਰਸ ਪਾਰਟੀ ਨੂੰ ਅਤੇ ਮੈਨੂੰ ਮੇਰੇ 'ਤੇ ਕਿਰਪਾ ਕਰਨਗੇ। ਔਰ ਜਿੱਥੋਂ ਤੱਕ ਦੀ ਚੁਣੌਤੀ ਦੀ ਗੱਲ ਲੱਗਦੀ, ਮੈਨੂੰ ਚੁਣੌਤੀ ਕੋਈ ਲੱਗਦੀ ਨਹੀਂ ਹੈ ਜੀ। ਪਹਿਲੀ ਗੱਲ ਹੋਇਆ ਕਿ ਅਕਾਲੀ ਦਲ ਨੇ ਆਪਦਾ ਉਮੀਦਵਾਰ ਨਾ ਐਲਾਨਿਆ ਹੋ। ਕਾਰਨ ਕੀ ਹੈ? ਲੋਕਾਂ ਨੂੰ ਛੇਸ਼ੋ ਪੰਜ ਪਾ ਰਹੇ ਹੈ ਕਿ ਸਾਡੇ ਸ਼ਾਇਦ ਖਰਚਾ ਵੱਧ ਹੋ ਜਾਏਗਾ। ਪਿਛਲੀ ਵਾਰੀ ਵੀ ਤਾਂ MP ਚੁਣਾਵ ਲੜੇ ਸੀ, ਉਦੋਂ ਵੱਧ ਖਰਚੇ ਨਹੀਂ ਹੋਏ। ਉਹਨਾਂ ਨੂੰ ਸਭ ਤੋਂ ਪਹਿਲਾਂ ਹਰਸਿਮਰਤ ਕੌਰ ਨੂੰ ਐਲਾਨਣਾ ਚਾਹੀਦਾ ਸੀ, ਸਾਡੇ ਸਤਿਕਾਰਯੋਗ ਬੀਬਾ ਜੀ ਨੂੰ। ਉਹਨਾਂ ਨੇ ਹਜੇ ਤੱਕ ਉਮੀਦਵਾਰ ਨਹੀਂ ਐਲਾਨਿਆ। ਕਾਂਗਰਸ ਨੇ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਉਹ ਰੋਜ਼ਾਨਾ ਇਹ ਕਹਿ ਰਹੇ ਹੈ, ਕੋਈ ਕਹਿੰਦਾ ਇੱਥੋਂ ਆਏ ਹੈ, ਉੱਧਰੋਂ ਆਏ ਹੈ, ਬਾਹਰ ਦਾ ਹੈ। ਰਾਜਾ ਵੜਿੰਕੀ ਜਦਕਿ ਗਿੱਦੜ ਬੈਠਦਾ ਹੈ। ਮੁਕਤਸਰ ਜ਼ਿਲ੍ਹੇ ਦੇ ਹਰਸਿਮਰਤ ਕੌਰ ਬਾਦਲ ਜੀ ਹੈ, ਮੁਕਤਸਰ ਜ਼ਿਲ੍ਹੇ ਦਾ ਮੈਂ, ਉਹ ਲੰਬੀ ਬੈਠੇ ਹੈ, ਮੈਂ ਗਿੱਦੜਬਾ ਬੈਠਾ ਹੈ ਨਾਲ। ਔਰ ਜੁਆਇਨਿੰਗ ਉਹੀ ਸਾਡੇ ਪਿੰਡ ਨੇ। ਹਜੇ ਤੱਕ ਵੀ ਸਸਪੈਂਸ ਬਰਕਰਾਰ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿੰਨਾ ਡਰ ਹੈ। ਤੀਆਂ ਕੀਤੀਆਂ ਨੇ ਮਗਰਲੇ ਸਾਲਾਂ ਦੇ ਵਿੱਚ। ਔਰ ਸਭ ਤੋਂ ਵੱਡੀ ਗੱਲ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਨਾ, ਅੰਦਰੋਂ ਬੰਦਾ ਡਰ ਰਿਹਾ ਹੁੰਦਾ, ਬੇਸ਼ੱਕ ਉੱਤੋਂ ਧਾੜ ਮਾਰ ਰਿਹਾ ਹੋਵੇ। ਮੈਂ ਕਹਿ ਰਿਹਾ, ਦੁਬਾਰਾ ਫਿਰ ਕਹਿ ਰਿਹਾ, ਮੇਰੇ ਤੋਂ ਡਰ ਨਹੀਂ ਹੈ, ਅੰਦਰ ਕੀਤੀਆਂ ਗਲਤੀਆਂ ਦਾ ਡਰ ਹੈ ਕਿ ਇਸ ਵਾਰ ਖਮਿਆਜਾ ਭੁਗਤਣਾ ਪਏਗਾ। ਇਸ ਵਾਰ ਸਾਡੀ ਲੋਕਾਂ ਨੇ ਨਹੀਂ ਸੁਣੀ। ਤਮਾਮ ਸਰਵੇ ਕਰਾ ਲਏ ਗਏ ਨੇ, ਗੁਪਤ ਸਰਵੇ ਕਰਾ ਲਏ ਗਏ ਨੇ। ਉਹਨਾਂ ਨੇ ਦੱਸ ਦਿੱਤਾ ਕਿ ਨਹੀਂ, ਇਸ ਵਾਰੀ ਦਾਲ ਗਏ, ਹਾਰਦੇ ਗਏ, ਹਾਰਦੇ ਗਏ। ਅੰਤਮ ਹਲਦੀ ਘਾਟੀ ਦਾ ਯੁੱਧ ਹੋਇਆ। ਅੱਜ ਦੁਨੀਆ ਇਤਿਹਾਸ ਦੇ ਵਿੱਚ ਮਹਾਰਾਣਾ ਪ੍ਰਤਾਪ ਨੂੰ ਅਗਰ ਜਾਣਿਆ ਜਾਂਦਾ ਤਾਂ ਹਲਦੀ ਘਾਟੀ ਦੇ ਯੁੱਧ ਕਰਕੇ ਜਾਣਿਆ ਜਾਂਦਾ। ਉੱਥੋਂ ਦੀ ਧਰਤੀ ਨੂੰ ਮੈਂ ਨਮਸਕਾਰ ਕਰਕੇ ਆਇਆ, ਉਹਦਾ ਰੰਗ ਲਾਲ ਹੈ ਉਸ ਮਿੱਟੀ ਦਾ। ਸੋ ਮੈਨੂੰ ਲੱਗਦਾ ਕਿ ਸਰੈਂਡਰ ਕਰਨਾ ਕਿਸੇ ਦੇ ਅੱਗੇ ਬੁੱਝਦਲੀ, ਲੜ ਲੜ ਕੇ ਜੂਝ ਜੂਝ ਕੇ ਮਰਨਾ। ਭਗਤ ਸਿੰਘ ਨੇ ਕਿਹਾ ਸੀ, ਜਦੋਂ ਉਹਨੂੰ ਫਾਂਸੀ ਦੇ ਫੰਦੇ 'ਤੇ ਭਗਤ ਸਿੰਘ ਨੂੰ ਚੜਾਉਣ ਲੱਗੇ, ਉਹਨਾਂ ਨੇ ਕਿਹਾ ਦੱਸੋ ਅੰਤਮ ਇੱਛਾ ਕੀ ਹੈ? ਤਾਂ ਭਗਤ ਸਿੰਘ ਕੀ ਬੋਲਿਆ? ਕਹਿੰਦੇ, ਮੈਨੂੰ ਜਲਦੀ ਫਾਂਸੀ ਦੇ ਫੰਦੇ 'ਤੇ ਚੜਾਓ, ਮੈਂ ਦੁਬਾਰੇ ਮਰਨਾ ਚਾਹੁੰਦਾ ਹਾਂ ਅਤੇ ਦੁਬਾਰੇ ਜਨਮ ਲੈ ਕੇ ਦੁਬਾਰਾ ਫਿਰ ਆਪਦੇ ਦੇਸ਼ ਦੀ, ਲੋਕਾਂ ਦੀ ਆਜ਼ਾਦੀ ਵਾਸਤੇ ਦੁਬਾਰਾ ਫਿਰ ਸ਼ਹਾਦਤ ਦੇਣਾ ਚਾਹੁੰਦਾ। ਮੈਨੂੰ ਲੱਗਦਾ ਕਿ ਲੜਨਾ ਚਾਹੀਦਾ। ਵੜਿੰਗ ਸਾਹਿਬ, ਇੱਕ ਆਮ ਆਦਮੀ ਪਾਰਟੀ ਬਲਜਿੰਦਰ ਕੌਰ ਹੈ ਅਤੇ ਦੂਸਰੇ ਪਾਸੇ ਸੁਖਪਾਲ ਖਹਿਰਾ, ਕੀ ਲੱਗਦਾ ਤੁਹਾਨੂੰ ਕੰਪੀਟੀਸ਼ਨ ਅਕਾਲੀ ਦਲ ਨਾਲ ਜਾਂ ਦੋਨਾਂ ਪਾਰਟੀਆਂ ਨਾਲ? ਮੈਂ ਫਿਰ ਉੱਚੇ ਬੋਲ ਨਾ ਬੋਲੀਏ, ਕਰਤਾਰੋਂ ਡਰੀਏ। ਕੰਪੀਟੀਸ਼ਨ ਤਾਂ ਤੁਹਾਨੂੰ 19 ਤਰੀਕ ਨੂੰ ਪਤਾ ਲੱਗੇਗਾ ਕਿਹਦੇ ਨਾਲ ਹੈ, ਪਰ ਮੈਨੂੰ ਲੱਗਦਾ ਨਹੀਂ ਹੈ ਕੋਈ ਇਸ ਤਰ੍ਹਾਂ ਦੀ ਗੱਲ। ਸੁਖਪਾਲ ਖਹਿਰਾ ਕੁਛ ਲੱਗਦਾ ਤੁਹਾਨੂੰ ਪਾਰਟੀ ਨੂੰ? ਦੇਖੋ, ਸੁਖਪਾਲ ਖਹਿਰਾ ਹੀ ਇਜ਼ ਟੂ ਮੱਚ ਓਵਰ ਐਂਬੀਸ਼ੀਅਸ। ਦੋ ਵਾਰ MLA ਰਹੇ, ਮੈਂ ਵੀ ਦੋ ਵਾਰੀ MLA ਰਿਹਾ। ਉਹਨਾਂ ਦੇ ਪਿਤਾ ਜੀ ਮੰਤਰੀ ਹੁੰਦੇ ਸਨ ਅਕਾਲੀ ਦਲ ਸਰਕਾਰ ਦੇ ਵਿੱਚ। ਅਕਾਲੀ ਦਲ ਪਿਛੋਕੜ ਰਿਹਾ, ਫਿਰ ਉਹਨਾਂ ਨੇ ਕਾਂਗਰਸ ਜੁਆਇਨ ਕੀਤੀ, ਅਕਾਲੀ ਦਲ ਨੂੰ ਗਾਲਾਂ ਕੱਢਦੇ ਰਹੇ। ਫਿਰ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ, ਫਿਰ ਆਮ ਆਦਮੀ ਪਾਰਟੀ ਦੇ CLP ਲੀਡਰ ਰਹੇ। ਕੇਜਰੀਵਾਲ ਦੀਆਂ ਉਹ ਤਾਰੀਫਾਂ ਕਰਦੇ ਰਹੇ ਕਿ ਇਦੋਂ ਬਿਨਾਂ ਕੋਈ ਪੰਜਾਬ ਦਾ ਸੋਚਣ ਵਾਲਾ ਕੋਈ ਬੰਦਾ ਪੈਦਾ ਨਹੀਂ ਹੋ। ਅੱਜ ਉਸੇ ਕੇਜਰੀਵਾਲ ਨੂੰ ਗਾਲਾਂ ਕੱਢ ਰਹੇ ਹੈ। ਕੀ ਹੋਇਆ? 2 ਸਾਲ ਦੇ 2 ਸਾਲ ਦੇ ਅੰਦਰ ਚੰਗਾ ਹੁੰਦਾ ਸੁਖਪਾਲ ਖਹਿਰਾ ਜੀ ਪਹਿਲਾਂ MLAship ਤੋਂ ਅਸਤੀਫਾ ਦਿੰਦੇ, ਚੁਣਾਵ ਲੜਦੇ, ਇੰਡੀਪੈਂਡੈਂਟ ਆਪਦੀ ਹੋਂਦ ਟੈਸਟ ਕਰਦੇ ਕਿ ਭਲੱਥ ਦੇ ਵਿੱਚ ਮੇਰੀ ਹੋਂਦ ਕਿੰਨੀ ਹੈ, ਤਦ ਉਹ ਕਿਸੇ 'ਤੇ ਟਿੱਪਣੀ ਕਰ ਸਕਦੇ। ਇਸ ਤਰ੍ਹਾਂ ਕੱਪੜਿਆਂ ਤੋਂ ਜ਼ਿਆਦਾ ਪਾਰਟੀਆਂ ਬਦਲਣ ਵਾਲੇ ਲੋਕਾਂ 'ਤੇ ਲੋਕ ਯਕੀਨ ਨਹੀਂ ਕਰਦੇ। ਇਜ਼ ਅ ਗੁੱਡ ਮੈਨ, ਪਰ ਇੱਦਾਂ ਦੀ ਓਵਰ ਐਂਬੀਸ਼ੀਅਸ ਜਿਹੜੇ ਲੋਕ ਹੁੰਦੇ ਹੈ ਉਹ ਮੈਨੂੰ ਲੱਗਦਾ ਕਾਮਯਾਬ ਨਹੀਂ ਹੁੰਦੇ। ਆਖਰੀ ਸਵਾਲ ਹੈ, ਹਰਸਿਮਰਤ ਕੌਰ ਬਾਦਲ ਵਿਕਾਸ ਦਾ ਮੁੱਦਾ ਲੈ ਕੇ ਚੱਲੇ ਕਿ ਅਸੀਂ ਵਿਕਾਸ ਬਹੁਤ ਕਰਾਇਆ ਬਠਿੰਡਾ ਦਾ, ਤੁਹਾਡਾ ਕੀ ਮੇਨ ਮੁੱਦਾ? ਵਿਕਾਸ ਬਹੁਤ ਹੋਇਆ, ਅੱਜ ਮੈਂ ਬਾਦਲ ਪਿੰਡ ਰਾਤ ਰੁਕ ਕੇ ਆਇਆ, ਉਹਨਾਂ ਦੇ ਵਿਹੜੇ 'ਚ ਰੁਕ ਕੇ ਆਇਆ। 500 ਮੀਟਰ 'ਤੇ ਰਾਤ ਨੂੰ ਸੁੱਤਾ ਸੀ ਮੈਂ ਉੱਥੇ। ਇਹ ਗਰੀਬ ਘਰਾਣੇ ਜਿੱਥੇ 5 ਮਰਲਿਆਂ ਦੇ ਪਲੋਟ ਦੇ ਵਿੱਚ 12 ਜੀ ਰਹਿ ਰਹੇ, 4 ਪਸ਼ੂ ਰਹਿ ਰਹੇ, 12 ਜੀ ਪਿੰਡ ਦੇ ਅੰਦਰ। ਜੀ ਨਿਊਜ਼ ਵਾਲਿਆਂ ਨੇ ਮੇਰੇ ਖਿਆਲ ਉੱਥੇ ਪਹੁੰਚ ਗਏ ਸੀ, ਉਹਨਾਂ ਨੇ ਬਾਈਟ ਵੀ ਲਈ ਹੈ, ਹੋਰ ਵੀ ਕੁਛ ਮੀਡੀਆ ਵਾਲੇ ਸੀ। ਮੈਂ ਉੱਥੇ ਰਾਤ ਸੁੱਤਾ, ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ, ਅੱਜ ਉੱਥੋਂ ਹੀ ਸੁੱਤਾ ਪਿਆ ਉੱਠ ਗਿਆ ਹੈ। ਬਾਦਲ ਪਿੰਡ ਦੇ ਲੋਕਾਂ ਨੂੰ ਜਾ ਕੇ ਪੁੱਛ ਲਓ ਕਿ ਵਿਕਾਸ ਹੋਇਆ। ਉਹ ਕਹਿੰਦੇ, ਸਾਨੂੰ ਕੀ ਕਰਦੇ ਹੈ, ਅਸੀਂ ਜਦੋਂ ਦੂਜੀ ਪਾਰਟੀ ਦਾ ਝੰਡਾ ਲਾ ਦਿੰਦੇ ਅਤੇ ਅਸੀਂ ਆਮ ਆਦਮੀ ਪਾਰਟੀ ਨੂੰ ਜਾਂ ਕਾਂਗਰਸ ਨੂੰ ਪਾਉਣੀ, ਸਾਡਾ ਫਾਇਦਾ ਕੀ ਹੁੰਦਾ? ਸਾਨੂੰ 15,000 ਰੁਪਇਆ ਮੌਕੇ 'ਤੇ ਚੈੱਕ ਭੇਜ ਦਿੰਦੇ ਜਾਂ ਕੋਈ ਪੈਸਾ ਭੇਜ ਦਿੰਦੇ। ਅਦਰਵਾਈਜ਼ ਸਾਡਾ ਪ੍ਰਕਾਸ਼ ਸਿੰਘ ਬਾਦਲ ਨੇ ਸਾਡੇ ਨਾਲ ਟਰੈਕਟਰ ਚਲਾਉਂਦੇ ਹੁੰਦੇ ਸੀ ਪ੍ਰਕਾਸ਼ ਸਿੰਘ ਬਾਦਲ, ਅਸੀਂ ਸੁਹਾਗੇ 'ਤੇ ਬੈਠੇ ਹੁੰਦੇ ਸੀ। ਓਕੇ, ਪ੍ਰਕਾਸ਼ ਸਿੰਘ ਬਾਦਲ ਟਰੈਕਟਰ ਚਲਾਉਂਦੇ ਹੁੰਦੇ ਸੀ, ਅਸੀਂ ਸੁਹਾਗੇ। ਕਹਿੰਦੇ, ਸਾਡਾ ਮੁੰਡਾ ਅੱਜ ਵੀ ਸੁਹਾਗੇ 'ਤੇ ਬੈਠਾ ਜਿਹੜਾ ਟਰੈਕਟਰ ਦੇ ਮਗਰ ਚੱਲਦਾ, ਸੁਹਾਗਾ ਜਿਹੜਾ ਪੱਧਰ ਕਰਦਾ।
ਕਹਿੰਦੇ ਸਾਡੇ ਬੱਚੇ ਤੇ ਪੋਤਰੇ ਅੱਜ ਵੀ ਉੱਥੇ ਬੈਠੇ ਹੈ। ਲੇਕਿਨ ਸੁਖਬੀਰ ਸਿੰਘ ਬਾਦਲ ਵਾਸਤੇ ਜਹਾਜ਼ਾਂ ਦੀ ਫਲੀਟ ਬਣਾਤੀ ਹੈ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ, ਜਹਾਜ਼ਾਂ ਦੀ ਫਲੀਟ, ਜਵਾਈ ਵੀ ਤੰਦਰੁਸਤ ਅਤੇ ਸਮਾਨ ਚੀਜ਼ਾਂ ਉਹਨਾਂ ਨੂੰ ਦਿੱਤਾ ਦੇਸ਼ ਪ੍ਰਤਾਪ ਜੀ। ਗਾਂ ਗੱਲ ਕਰ ਲਓ ਨੂੰ ਮੁੰਡੇ ਦਾ ਸਾਲਾ ਵਿਕਰਮ ਮਜੀਠੀਆ ਸਭ ਨੂੰ ਐਂ ਪ੍ਰਫੁੱਲਿਤ ਕਰ ਦਿੱਤਾ। ਜਾਂ ਮੈਂ ਪੰਜ ਮਰਲਿਆਂ ਦੀ ਇਸ ਕਰਕੇ ਗੱਲ ਕਰਦਾ ਕਿ ਸੁੱਖ ਵਿਲਾਸ ਬਣਾਇਆ ਜਿੱਥੇ 5 ਲੱਖ ਰੁਪਇਆ ਦਿਨ ਦਾ ਰਾਤ ਦਾ ਕਿਰਾਇਆ ਹੈ। ਇਹੋ ਜਿਹੀ ਇੱਕ ਪ੍ਰੋਪਰਟੀ ਨਹੀਂ ਹੈ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ, ਹਜ਼ਾਰਾਂ ਪ੍ਰੋਪਰਟੀਆਂ ਪੰਜਾਬ ਨੂੰ ਲੁੱਟ ਲਿਆ ਗਿਆ, ਪੰਜਾਬ ਨੂੰ ਖਾ ਲਿਆ ਗਿਆ, ਪੰਜਾਬ ਨੂੰ ਕੰਗਾਲ ਕਰ ਲਿਆ ਗਿਆ। ਲੁੱਟ ਲਿਆ ਖਾ ਲਿਆ ਵੱਖਰੀ ਗੱਲ ਹੈ, ਲੇਕਿਨ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਕਾਂਡ ਕੀਤਾ ਨਾ ਕਿ ਮੈਂ ਸਿੱਖ ਹਾਂ, ਮੈਂ ਪੰਥ ਦਾ ਵਾਰਸ ਹਾਂ, ਉਹ ਗੁਰੂ ਨਾਲ ਜਿਹਦੇ ਤੋਂ ਲੋਕ ਨਮਸਕਾਰ ਕਰਦੇ ਹੈ, ਸਾਰੇ ਧਰਮ ਸਾਰੀਆਂ ਜਾਤ ਬਰਾਦਰੀਆਂ ਅਸੀਂ ਸਤਿਕਾਰ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਉਹਨਾਂ ਦਾ ਸਾਰਿਆਂ ਦਾ ਵਰਣਨ ਹੈ, ਸਾਰੀਆਂ ਬਾਣੀਆਂ ਦਾ। ਉਹਦੇ ਨਾਲ ਮੈਂ ਸਮਝਿਆ ਧੋਖਾ ਕੀਤਾ ਪਰਮਾਤਮਾ। ਇੱਕ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਬਾਦਲਾਂ ਦੇ ਖਿਲਾਫ ਲੜਾਈ ਜਿੱਥੇ ਕਾਂਗਰਸ ਪਾਰਟੀ ਨੇ ਲੜੀ ਆ, ਤਾਂ ਹੁਣ ਉਹ ਬਠਿੰਡਾ ਦੇ ਵਿੱਚ ਆ ਰਹੇ ਆ ਤੁਹਾਡੀ ਕੰਪੇਨਿੰਗ ਵਾਸਤੇ। ਉਹਨਾਂ ਨੇ ਕੱਲ੍ਹ ਸਟੇਟਮੈਂਟ ਦਿੱਤੀ ਹੈ ਕਿ ਮੈਂ ਉਸ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕੰਪੇਨਿੰਗ 'ਚ ਜਾਊਂਗੀ ਕਿਉਂਕਿ ਬਾਦਲਾਂ ਦੇ ਖਿਲਾਫ ਖੜੇ ਹੋ। ਬਾਦਲਾਂ ਦੇ ਖਿਲਾਫ ਮੈਂ ਧੰਨਵਾਦ ਕਰਦਾ ਨਵਜੋਤ ਕੌਰ ਸਿੱਧੂ ਜੀ ਦਾ, ਸਾਡੇ ਭੈਣ ਜੀ ਨੇ ਜੀ ਆਉਂਦਿਆਂ ਨੂੰ, ਉਹਨਾਂ ਤੋਂ ਬਿਨਾਂ ਕੰਮ ਨਹੀਂ ਚੱਲਣਾ, ਉਹਨਾਂ ਨੂੰ ਆਉਣਾ ਚਾਹੀਦਾ ਹੈ, ਸਿੱਧੂ ਸਾਹਿਬ ਨੂੰ ਅਤੇ ਤਮਾਮ ਲੋਕਾਂ ਨੂੰ, ਕੈਪਟਨ ਸਾਹਿਬ, ਜਾਖੜ ਸਾਹਿਬ, ਸਭ ਨੂੰ, ਕਿਉਂਕਿ ਇਹ ਵੱਡੀ ਲੜਾਈ ਹੈ। ਅਗਰ ਇਹ ਕਿਲ੍ਹਾ ਫਤਿਹ ਕਰਦਾ ਤਾਂ ਸਭ ਫਤਿਹ। ਔਰ ਮੇਰੀ ਇੱਕ ਗੱਲ ਯਾਦ ਰੱਖਿਓ, ਛੋਟਾ ਮੂੰਹ ਵੱਡੀ ਗੱਲ, ਅਕਾਲੀ ਦਲ ਜ਼ਰੂਰ ਰਹੇਗਾ, ਅਕਾਲੀ ਦਲ ਜ਼ਰੂਰ ਰਹੇਗਾ, ਲੇਕਿਨ ਅਕਾਲੀ ਦਲ ਬਾਦਲ ਮੁਕੰਮਲ ਤੌਰ 'ਤੇ ਖਤਮ ਹੋ ਜਾਵੇ, ਜੋ ਅੱਜ ਦੀ ਸਥਿਤੀ। ਧੰਨਵਾਦ।